ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੋਗ ਦੇ ਵਿੱਚ। ਅਤੇ ਗਾਈ ਸਵੇਰ ਦੇ 10 ਵੱਜ ਗਏ ਅਤੇ ਆਪਾਂ ਹੁਣ ਨਹਾ ਧੋ ਕੇ ਅਤੇ ਹੁਣ ਚੱਲਦੇ ਹਾਂ ਲੈਣ ਵਾਸਤੇ ਥੋੜ੍ਹਾ ਸਮਾਨ ਕੁਲਵੀਰ ਵਾਸਤੇ, ਕਿਉਂਕਿ ਕੁਲਵੀਰ ਨੂੰ ਹੁੰਦਾ ਵੀ ਜਦੋਂ ਰੋਮ ਆਈ ਵੀ ਹੁੰਦੀ ਆ ਚਲੀਏ। ਕੁਛ ਪਸੰਦ ਮੈਂ ਤਾਂ ਬਹੁਤ ਦੇਖਦੀ ਆ ਫਾਰਮੇਸੀ ਦੀ, ਜਿਹੜੀ ਮੈਂ ਤੇਰੇ ਨਾਲ ਕੱਲ ਨਹੀਂ ਸੀ ਗੱਲ ਕਰਦੀ। ਅੱਛਾ, ਉਹਦੇ ਲਈ ਬੋਰਾਚ ਹੈ ਕਹਿੰਦੇ। ਚਲੋ ਜਿਵੇਂ ਘਰ ਨੂੰ ਤੂੰ ਸਟੀਲ ਦੇ ਗਲਾਸ ਵਰਤਦੀ ਆ, ਉਹ ਸਟੀਲ ਸੀ ਪਾਣੀ ਪੂਣੀ ਪੀਣ ਨੂੰ ਏਦਾਂ ਦੀ ਵਰਤਦੀ। ਹੈਂ, ਕਿੰਨੇ ਗਲਾਸ ਜਾਂਦੇ ਕਾਲੇ ਜਾ ਕੇ? ਨਾਲੇ ਦੇਖ ਠੀਕ ਹੈ, ਓਕੇ ਆ। ਸਾਰੇ ਤਰ੍ਹਾਂ ਦੇ ਰੋਲ ਪਏ ਆਪਾਂ ਜੋ ਪਸੰਦ ਕਰਨਾ, ਜਿੰਨਾ ਕੁ ਆਪਾਂ ਨੂੰ ਚਾਹੀਦਾ ਸਾਈਜ਼ ਇਹਨਾਂ ਨੇ ਕੱਟ ਕੇ ਆਪਾਂ ਨੂੰ ਦੇ ਦੇਣਾ। ਇਹਦਾ ਵਧੀਆ ਮੈਲਟਡ ਜਿਹਾ ਇਧਰ ਹੀ ਪਾਇਆ ਮੈਂ, ਵਾਈਟ ਵਧੀਆ। ਵਾਈਟ ਕਰਨਾ ਜੇ ਸਬਜ਼ੀ ਸਬਜ਼ੀ ਦਾ ਦਾਗ ਉਹ ਉਤਰਦਾ ਬਹੁਤ ਔਖਾ ਹੈ। ਅਬੇ ਉਹਨਾਂ ਨਾਲ ਤਾਂ ਮੈਨੂੰ ਆ ਸਹੀ ਲੱਗਦਾ ਕੁਇਸਤਾ। ਕਿੰਨੇ ਹੋਰ ਪਤਾ ਤੋਂ ਕਿਸ ਤਰ੍ਹਾਂ ਦੀ ਹੁੰਦੀ, ਇਹਨੂੰ ਕੱਟਣ ਦਾ ਤਰੀਕਾ ਦੇਣਾ ਵਧੀਆ। ਇਹਦਾ ਗੰਚਾ ਪਾ ਕੇ ਕੈਂਚੀ ਦਾ ਕੱਟੇ ਲੋੜ ਨਹੀਂ ਪੈਣੀ ਇਹਨਾਂ ਨੂੰ, ਬਸ ਇੱਦਾਂ ਹੀ। ਕਿੰਨੇ ਮੀਟਰ ਲੈਣੇ? ਇਧਰੋਂ ਦੂਏ ਤ੍ਰੇ ਕੁਆਤਰੋ ਚਿੰਕੂਏ ਸੈਈ ਸੈਤੇ ਓਤੋ ਨੌਵੇ ਦੇਸ਼ੀ ਉਨਦਿਸ਼ੀ ਇਹ ਦੋ ਦਿਸ਼ੀ ਦੋ ਦਿਸ਼ੀ ਪੋਕ ਪੋਕ ਪਿਉ ਆਪਸ ਤੋਂ ਕੁਛ ਦੋ ਕੁਰਾਂ ਤਾਂ ਬਾਬਾ ਨੇ ਕੌਣ ਆ ਗਿਆ? ਹੈ ਸੀਮਾ ਵੀਰਾ ਹੈ, ਸੀਮਾ ਵੀਰਾ ਕੰਮ ਤੋਂ ਆ ਗਿਆ, ਸੀਮਾ ਵੀਰਾ ਕੰਮ ਤੋਂ ਆ ਗਿਆ, ਉੱਥੇ ਤੇ ਆਇਆ, ਉਧਰੋਂ ਆਇਆ। ਹੋਸੇ ਮੈਂ ਬਹੁਤ ਵਧੀਆ, ਕਿਦਾਂ ਰਿਹਾ ਦਿਹਾੜਾ? ਦਿਹਾੜਾ ਕਾਹਦਾ, ਅੱਜ ਤਾਂ ਕੋਈ ਅੱਕਿਆ ਬੈਠਾ ਹੀ ਹੈ, ਇੰਨੀ ਗਰਮੀ ਅੱਕੇ ਕੋਲ ਅੱਕੇ ਦੇ ਉੱਪਰ ਬੈਠਾ ਹੈ ਕੁਦਰਤ ਪਾ। ਐਂ ਕਰੋ ਥੋੜੇ ਇੱਕ ਮਿੰਟ ਬੁੰਦੇ ਹੋ, ਆ ਤਾਰੋ ਗੱਡੀ ਸਮਾਨ ਤਾਰੋ, ਪਾਣੀ ਤਾਰ ਲਓ। ਉਹ ਜਿਹੜੀ ਮਿਰਚਾਂ ਧਿਆਨ ਨਾਲ ਲੱਗ ਜਾਣੀਆਂ, ਠੀਕ ਹੈ ਪੁੱਤਰ? ਓਕੇ ਹੈ, ਤੂੰ ਕੰਮ ਤਾਂ ਕਰਾਉਂਦਾ ਨੀ ਕੋਈ ਇਹਨਾਂ ਦੇ ਨਾਲ, ਗੱਲਾਂ ਮਾਰੀ ਜਾਂਦੇ ਗੱਲੀਆਂ। ਮਿਰਚਾਂ ਭਗਵੰਤ ਵਾਲੀ ਮਿਰਚਾਂ, ਮਿੱਠੀਆਂ ਮਿਰਚਾਂ ਖਾ ਲਓ ਦੇਖੀ।
ਤੇ ਹੁਣ ਆਪਾਂ ਲੈਣ ਚੱਲਦੇ ਹਾਂ ਆਪਣੇ ਘਰ ਦਾ ਸਮਾਨ। ਆਪਣੇ ਦੇਖੋ ਲਿਸਟ ਬਣਾ ਦਿੱਤੀ ਹੈ ਮੈਨੂੰ ਅਤੇ ਕਬੀਲਦਾਰੀਆਂ ਤੁਹਾਨੂੰ ਪਤਾ ਹੀ ਆ, ਇਹ ਚਾਹੇ ਪੰਜਾਬ ਹੋਵੇ ਚਾਹੇ ਹੋਵੇ ਇਟਲੀ, ਕਬੀਲਦਾਰੀਆਂ ਇੱਦਾਂ ਹੀ ਰਹਿਣੀਆਂ। ਆ ਜਾਓ ਭਾਈ, ਅਤੇ ਉਹ ਦੇਖੋ ਉੱਧਰ ਉੱਪਰ ਦੋਨੇ ਕੁੜਮਣੀਆਂ ਕੁੜਮੀਆਂ ਡਾਲੀਆਂ ਕੁਰਸੀਆਂ ਆਪਣੀਆਂ ਗੱਲਾਂ ਬਾਤਾਂ ਕਰਨਗੀਆਂ ਹੁਣ। ਹੈਂ ਤੈਂ ਕੀ ਕਰਨਾ ਹੁਣ, ਤੈਂ ਕਿੱਥੇ ਜਾਣਾ? ਲਾਭ ਤੋਂ ਇੱਧਰ ਨਹੀਂ, ਇੱਧਰ ਨਹੀਂ, ਉਹਦੇ ਥੱਲੇ ਉੱਤਰ, ਥੱਲੇ 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 ਗੁਰਬਾਜ ਉਹਦੇ ਉੱਤਰ। ਅੰਦਰ ਨਾ ਹਰਮਨ ਖੜ੍ਹਾ, ਹਰਮਨ ਨੂੰ ਕਹਿ ਕੈ ਵੀਰੇ ਕਹਿ ਵੀ ਫੋਰਨ ਅੱਗ ਬਾਲ ਦੇ ਗਿਆ ਪੀਸੇ ਖਾਣੇ ਦੀ, ਚੱਲ ਕਹਿ ਜਾ ਕੇ ਭੱਜ ਗਏ। ਹੈਂ ਜਾਂ ਕਹਿ ਗਿਆ ਹਰਮਨ ਨੂੰ ਕਹਿੰਦੇ ਪੀਸੇ ਖਾਣੇ ਜਾ। ਇਹ ਪਾਪਾ ਤਾਂ ਆਪਣਾ ਬਹੁਤ ਜ਼ਿਆਦਾ ਕਰਦਾ, ਮੰਮਾ ਤੋਂ ਜ਼ਿਆਦਾ ਪਾਪਾ ਤਾਂ ਕਰਦਾ। ਦੇਖੋ ਮਾੜਾ ਕਿਹਾ ਕੁਲਵੀਰ ਨੇ ਵੀ ਤੇਰੇ ਪਾਪਾ ਨੇ ਠਾਹ ਤੈਨੂੰ ਲੈ ਕੇ ਜਾਣਾ, ਕਾਰ 'ਚ ਲੈ ਕੇ ਜਾਣਾ, ਜਿਹੜੇ ਉੱਪਰ ਚੜ ਗਿਆ ਚੁੱਪ ਕਰਕੇ। ਚੱਲੀ ਕੁਲਵੀਰ ਸਾਹਿਬ ਆਪਣੀ ਪਰਚੀ ਲਿਸਟ ਬਣਾ ਕੇ ਦਿੱਤੀ ਮੈਨੂੰ ਕਬੀਲਦਾਰ ਬੰਦੇ ਨੂੰ। ਮਿਕਸ ਇੰਸਲਾ ਦਾ ਇੱਧਰ ਵੇ ਸਾਹਮਣੇ ਤਫੂ ਐਕਸਟਰਾ ਵਿਰਚ, ਬਸ ਇੱਕ ਬਹੁਤਾ ਦੁੱਧ ਚੱਕਣੀ ਹੈ। ਪਹਿਲਾਂ ਚੱਕਦੇ ਬੂਸਤੇ ਤਾਂ ਮੈਂ ਚੱਕਦਾ, ਤੂੰ ਦੋ ਚੱਕਦੀ ਬਸ ਹੌਲੀ 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 ਚੌਬੈਲੀ ਹੌਲੀ 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 ਬਸ ਉਹ ਕੀ ਲੈਣਾ ਤੁਸੀਂ ਮਾਰਕੀਟ ਤੋਂ ਮੁੰਡੇ ਹੋ? ਕੀ ਲੈ ਕੇ ਆਇਆ? ਤਰਬੂਜ ਤੇ ਖਰਬੂਜਾ, ਤਰਬੂਜ ਪਲੱਸ ਖਰਬੂਜਾ ਇਕੁਅਲਸ ਟੂ ਤਰਬੂਜਾ। ਨਹੀਂ ਮੈਂ ਬੂਸਤੇ ਚ ਪਾਉਣ ਲੱਗਾ, ਦਿਲਜੋਤ ਨੇ ਵੱਡਾ ਛੱਡਤਾ ਤੇ ਦੋ ਫਾੜ ਗਏ ਜੁੱਤੀ ਤੇ। ਐ ਨਹੀਂ ਕਹੀ ਤੁਹਾਨੂੰ, ਮਤਲਬ ਕੀ ਛੱਡਤਾ? ਉਹ ਐਵੇਂ ਬੂਸਤੇ ਚ ਪਾਉਣ ਲੱਗਿਆ, ਹਾਂ ਥੱਲੇ ਕਰਕੇ ਛੱਡਤਾ, ਹਾਂ ਜਿਹੜਾ ਡੈਡ ਦੇ ਕੇ ਥੱਲੇ ਮਿਲ ਗਿਆ। ਜੇ ਪੈਸੇ ਤੁਸੀਂ ਪੂਰੇ ਦੇ ਗਏ? ਪੈਸੇ ਤਾਂ ਅਸੀਂ ਪੂਰੇ ਦੇ ਆਏ, ਉਹ ਅਸੀਂ ਡੀ ਚ ਰੱਖਿਆ ਫੇਰ ਅਸੀਂ ਸਾਫ ਤਾਂ ਚੱਕ ਲਏ ਟੁੱਟਿਆ ਹੋਇਆ। ਇਹ ਗੱਲਾਂ ਸਹੀ ਨਹੀਂ ਵੈਸੇ ਹੈਗੀਆਂ। ਮੈਂ ਤਾਂ ਖਰਬੂਜਾ ਤੇ ਕਹਿ ਚੁੱਕ ਤੋਂ ਕੈਮਰਾ ਜਾ ਰਿਹਾ ਤੁਹਾਡੀ ਫੋਟੋ ਨਹੀਂ। ਵੈਸੇ ਵੀ ਚੰਗੀ ਗੱਲ ਨਹੀਂ ਹੈਗੀ ਇਹ, ਜਿਵੇਂ ਆਪਣੇ ਡੀ ਆ ਤੇ ਆਪਾਂ ਚੱਕ ਕੇ ਬਾਹਰ ਅਸੀਂ ਵਿੱਚੋਂ ਕੱਢ ਕੇ ਬੂਸਤੇ ਚ ਪਾਉਣ ਲੱਗੇ ਸੀਗੇ। ਆ ਠੰਡਾ ਤਾਂ ਗਰਮ ਹੈ, ਗਰਮ ਹੈ ਇਹਨੂੰ ਡੀ ਚ ਇਹਦੇ ਦਾ ਪੀਸ ਕਰਾ ਕੇ ਇਹੋ ਲੱਗ ਡੀ ਚ ਲੱਗ ਅੰਦਰ ਜਾ ਕੇ ਇਹਨੂੰ ਮੀਨਾ ਕੱਟ ਦਿੰਦੇ ਆ, ਪੀਸ ਨਹੀਂ ਕੱਟਦੇ, ਥੱਲੇ ਕੱਟ ਲਓ ਕੱਟਦੇ ਨੇ ਖਾਣਾ ਕੁਛ ਦੱਸੋ ਟਾਈਮ ਤਾਂ 11 ਵਜ ਗਏ, 11:30 ਹੋ ਗਏ ਹੁਣ ਤਾਂ, 11:30 ਹੋ ਗਏ। ਥੱਕ ਗਈ, ਚਲੋ ਅਤੇ ਬਾਕੀ ਗਾਈਸ ਵਲੌਗ ਦਾ ਆਪਾਂ ਆਪਣੇ ਕਰਦੇ ਐਂਡ। ਜੇ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ, ਸ਼ੇਅਰ ਕਰੋ ਅਤੇ ਕਮੈਂਟ ਕਰਿਓ, ਚੈਨਲ ਸਬਸਕ੍ਰਾਈਬ ਵੀ ਕਰਿਓ, ਬੈਲ ਆਈਕਨ 'ਤੇ ਕਰਿਓ ਕਲਿੱਕ। ਕੱਲ੍ਹ ਨੂੰ ਫਿਰ ਇਸ ਵਕਤ ਹੀ ਤੁਹਾਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ। ਤਦ ਤੱਕ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਅੱਜ ਸਾਰੇ ਜਾਗਦੇ ਬੈਠੇ, ਰੋਟੀ ਖਾਵਾਂਗੇ ਤੇ ਪਵਾਂਗੇ।